हाँ जी दोस्तों, एक बार फिर तो तुहाडा स्वागत है तुहाडे अपने यूट्यूब चैनल ते। दोस्तों एक लेटेस्ट अपडेट दे नाल फिर तो हाजिर होया ता लेटेस्ट अपडेट जुड़िया होया पंजाब सिक्स्थ पे कमीशन नाल। जिवें दोस्तों तुसीं स्क्रीन दे उपर पढ़ सकदे हो, बकाई अते पुरानी पेंशन बहाली नूं लैके आई वड्डी खबर। ਤਾਂ ਕੀ ਵੱਡੀ ਖਬਰ ਆਈ ਆ ਤਾਂ ਖਬਰ ਵੱਲ ਵਧਾਂਗੇ। ਉਸ ਤੋਂ ਪਹਿਲਾਂ ਦੋਸਤੋ ਇੱਕ ਨਿੱਕੀ ਜਿਹੀ ਰਿਕੁਐਸਟ ਆ, ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਹਾਲੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਦੋਸਤੋ, ਅਤੇ ਨਾਲ ਦੀ ਨਾਲ ਵੈਲ ਦਾ ਆਈਕਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੇ ਵੱਲੋਂ ਦਿੱਤੇ ਜਾਂਦੇ ਲੇਟੈਸਟ ਅਪਡੇਟ ਮਿਲਦੇ ਰਹਿਣ। ਤਾਂ ਦੋਸਤੋ ਮੁਲਾਜ਼ਮਾਂ ਦੇ ਪੈਨਸ਼ਨ ਲਈ ਇੱਕ ਵੱਡੀ ਖਬਰ ਆ ਰਹੀ ਹੈ, ਤਾਂ ਕੀ ਖਬਰ ਆਪਾਂ ਵੱਧਦੇ ਹਾਂ ਖਬਰ ਵੱਲ। ਤਾਂ ਦੋਸਤੋ ਜੋ ਆਪਣੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਨੇ ਉਹਨਾਂ ਨਾਲ ਮੁਲਾਜ਼ਮ ਜਥੇਬੰਦੀਆਂ ਦੀ ਜੋ ਮੀਟਿੰਗ ਹੋਈ ਹੈ ਤਾਂ ਇਹਦੇ ਵਿੱਚ ਕਈ ਮਸਲਿਆਂ 'ਤੇ ਚਰਚਾ ਕੀਤੀ ਗਈ ਹੈ, ਜਿਵੇਂ ਪੁਰਾਣੀ ਪੈਨਸ਼ਨ ਬਹਾਲੀ, DA ਦੀਆਂ ਕਿਸ਼ਤਾਂ ਬਾਰੇ, ਪੇਂਡੂ ਭੱਤਾ ਪੇ ਕਮਿਸ਼ਨ ਬਾਰੇ, ਇਹਨਾਂ ਬਾਰੇ ਜੋ ਚਰਚਾ ਹੋਈ ਹੈ ਦੋਸਤੋ। ਅਤੇ ਜੇ ਆਪਾਂ ਖਬਰਾਂ ਦੀ ਮੰਨੀਏ ਤਾਂ ਵਿੱਤ ਮੰਤਰੀ ਹਰਪਾਲ ਚੀਮਾ ਜੀ ਨੇ ਮੁਲਾਜ਼ਮ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਵੀ ਜਲਦ ਹੀ ਇਹਨਾਂ ਦਾ ਹੱਲ ਕਰ ਲਿਆ ਜਾਵੇਗਾ, ਜੋ ਮੁਲਾਜ਼ਮ ਦੀਆਂ ਮੰਗਾਂ ਨੇ ਉਹਨਾਂ ਨੂੰ ਜਲਦ ਹੀ ਜੋ ਪੂਰਾ ਕੀਤਾ ਜਾਵੇਗਾ। ਤਾਂ ਉਹਨਾਂ ਨੇ ਪੂਰਾ ਭਰੋਸਾ ਦਿੱਤਾ ਜੋ ਵੀ ਸਰਕਾਰ ਆ ਜੋ ਜਲਦ ਹੀ ਹੱਲ ਕੱਢੇਗੀ, ਜਿਵੇਂ ਪੁਰਾਣੀ ਪੈਨਸ਼ਨ ਬਹਾਲੀ ਬਾਰੇ ਆ, DA ਦੀਆਂ ਜੋ ਬਕਾਇਆ, ਜੋ ਮੁਲਾਜ਼ਮਾਂ ਦਾ ਬਕਾਇਆ ਬਹੁਤ ਸਮੇਂ ਦਾ ਜੋ ਰੁਕਿਆ ਹੋਇਆ 18 ਮਹੀਨਿਆਂ ਦਾ ਬਕਾਇਆ, ਤਾਂ ਉਹ ਵੀ ਜਲਦ ਹੀ ਉਹਨਾਂ ਬਾਰੇ ਸੋਚਿਆ ਜਾਵੇਗਾ, ਵਿਚਾਰ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਜਲਦ ਹੀ ਹੱਲ ਕਰ ਲਿਆ ਜਾਵੇਗਾ। ਤਾਂ ਜੋ ਆਪਣੇ ਕੋਲ ਮੁਲਾਜ਼ਮ ਜਥੇਬੰਦੀਆਂ ਦੀ ਜੋ ਮੀਟਿੰਗ ਆ ਉਹ ਜੋ ਸਫਲਤਾਪੂਰਵਕ ਜੋ ਹੋਈ ਹੈ ਦੋਸਤੋ, ਤਾਂ ਇਹ ਆਪਾਂ ਆਪਣੇ ਤੁਹਾਡੇ ਨਾਲ ਵੱਡੀ ਅਪਡੇਟ ਜੋ ਸਾਂਝੀ ਕਰਨੀ ਸੀ। ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਦੋਸਤੋ, ਅਤੇ ਨਾਲ ਦੀ ਨਾਲ ਜੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ, ਧੰਨਵਾਦ।